ਮੇਰਾ ਨਾਮ ਪਰਮਜੀਤ ਕੌਰ। ਤੁਹਾਡੇ ਬੇਟੇ ਦਾ ਕੀ ਨਾਮ? ਉਹ ਵੀਰ ਜੀ, ਉਹਦਾ ਨਾਂ ਸਾਹਿਲਪ੍ਰੀਤ ਸਿੰਘ। ਕੀ ਗੱਲ ਹੋਈ ਭੈਣ ਜੀ, ਜਿਹੜਾ ਕੁਵੈਤ ਦੇ ਵਿੱਚ ਉਹਨੂੰ 2 ਸਾਲ ਦੀ ਸਜ਼ਾ ਅਤੇ ਇੰਡੀਅਨ ਕਰੰਸੀ ਦੇ ਮੁਤਾਬਕ 55 ਲੱਖ ਰੁਪਇਆ ਪਿਆ ਜੀ, ਕੀ ਪੂਰੀ ਗੱਲ? ਵੀਰ ਜੀ, ਉਹ ਨਾ ਕਤਰ ਵਿੱਚ ਗਿਆ ਸੀ 2 ਸਾਲ ਪਹਿਲਾਂ, ਅਤੇ ਉਹਦਾ ਐਕਸੀਡੈਂਟ ਹੋ ਗਿਆ। ਮਤਲਬ ਕਿ ਉਹਨੇ ਰਾਤ ਗੱਡੀ ਚਲਾਈ, ਡਿਊਟੀ ਕੀਤੀ ਆਪਣੀ, ਸਵੇਰੇ ਗੱਡੀ ਦੀ ਸਰਵਿਸ ਕਰਾਉਣ ਗਿਆ, ਅਤੇ ਉਸ ਤੋਂ ਬਾਅਦ ਉਹਦੀ ਸਾਡੇ ਨਾਲ ਕੋਈ ਗੱਲ ਨਹੀਂ ਹੋਈ। ਫਿਰ ਸਾਨੂੰ ਮਤਲਬ ਕਿ 2 ਦਿਨਾਂ ਬਾਅਦ ਅਸੀਂ ਕਿਸੇ ਲੜਕੇ ਨੂੰ ਫੋਨ ਕੀਤਾ ਕਿ ਸਾਡੇ ਬੇਟੇ ਦਾ ਫੋਨ ਬੰਦ ਆਉਂਦਿਆ। ਫਿਰ ਉਹ ਜਿਹੜੇ ਮੁੰਡੇ ਨਾਲ ਅਸੀਂ ਗੱਲ ਕੀਤੀ, ਉਹ ਕਹਿੰਦਾ ਮੈਂ ਉਹ ਤੋਂ ਕਾਫੀ ਦੂਰ ਹਾਂ, ਅਤੇ ਸਾਨੂੰ ਉਹਦੇ ਬਾਰੇ ਕੁਛ ਨਹੀਂ ਪਤਾ ਚੱਲਿਆ। ਫਿਰ ਥੋੜ੍ਹੇ ਦਿਨਾਂ ਬਾਅਦ ਮਤਲਬ ਕਿ 19-20 ਤਰੀਕ ਦੇ ਲਾਗੇ ਛਾਗੇ ਸਾਡੀ ਬੇਟੇ ਨਾਲ ਗੱਲ ਹੋਈ। ਫਿਰ ਉਸਨੇ ਦੱਸਿਆ ਕਿ ਮੇਰਾ ਐਕਸੀਡੈਂਟ ਹੋ ਗਿਆ, ਅਤੇ ਉਹਦੇ ਕੋਲੋਂ ਕੋਈ ਜੋ ਵੀ ਐਕਸੀਡੈਂਟ ਹੋਇਆ ਮੈਨੂੰ ਉਹਦੇ ਬਾਰੇ ਕੁਛ ਪੱਕਾ ਪਤਾ ਨਹੀਂ ਕਿਵੇਂ ਹੋਇਆ, ਅਤੇ ਉਹ ਕੋਈ ਨੀਚੇ ਆਣ ਕੇ ਬੰਦਾ ਉਹਦੀ ਡੈਥ ਹੋ ਗਈ, ਜਿਸ 'ਤੇ ਮੇਰੇ ਬੇਟੇ ਨੂੰ 14 ਮਾਰਚ ਨੂੰ ਅਰੈਸਟ ਕਰ ਲਿਆ, ਮਤਲਬ ਕਿ ਉਹਦੇ ਦੱਸਣ ਮੁਤਾਬਕ। ਫਿਰ ਉਹਨਾਂ ਨੇ ਕਿਹਾ ਸੀ ਕਿ ਉੱਧਰ ਦੀਆਂ ਜਿਹੜੀਆਂ ਅਦਾਲਤਾਂ ਉਹ ਜਲਦੀ ਫੈਸਲਾ ਸੁਣਾ ਦਿੰਦੀਆਂ 2-3 ਮਹੀਨਿਆਂ ਬਾਅਦ। ਅਤੇ ਫਿਰ ਉਹਨਾਂ ਨੇ 28 ਤਰੀਕ ਨੂੰ 28-5 ਨੂੰ ਉਹਨੂੰ 2 ਸਾਲ ਦੀ ਸਜ਼ਾ ਅਤੇ 55 ਲੱਖ ਰੁਪਇਆ ਇੰਡੀਆ ਦਾ ਜੁਰਮਾਨਾ ਪਾਤਾ, ਜੋ ਮੈਂ ਭਰਨ ਤੋਂ ਅਸਮਰਥ ਹਾਂ। ਮੇਰੇ ਹਸਬੈਂਡ ਦੀ 2008 ਵਿੱਚ ਡੈਥ ਹੋ ਗਈ, ਘਰ ਵਿੱਚ ਮਾਵਾਂ ਧੀਆਂ ਇਕੱਲੀਆਂ ਹੀ ਆ। ਬਸ ਮੈਂ ਇਹ ਅਰਦਾਸ ਕਰਦੀ ਜਾਂ ਸਾਰਿਆਂ ਅੱਗੇ ਬੇਨਤੀ ਕਰਦੀ ਹਾਂ ਕਿ ਮੇਰੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ, ਤਾਂ ਕਿ ਉਹ ਜੁਰਮਾਨਾ ਜੋ ਵੀ ਪਾਇਆ ਗਿਆ, ਬਲੱਡ ਮਨੀ ਜੋ ਵੀ ਪਾਈ ਗਈ ਆ, ਉਹ ਉਹਨਾਂ ਨੂੰ ਭਰ ਕੇ ਅਤੇ ਮੈਂ ਆਪਣੇ ਬੱਚੇ ਨੂੰ ਵਾਪਸ ਬੁਲਾ ਲਵਾਂ, ਕਿਉਂਕਿ ਮੇਰਾ ਆਦਮੀ ਖੁਦ ਸਿਰ 'ਤੇ ਨਹੀਂ ਹੈਗਾ, ਇੱਕ ਉਹ ਬੱਚਾ ਹੀ ਮੇਰਾ ਬੁਢਾਪੇ ਦਾ ਸਹਾਰਾ। ਕਿੰਨੇ ਬੱਚੇ? ਇੱਕ ਬੇਟਾ ਅਤੇ ਇੱਕ ਬੇਟੀ।